ਓਏ ਉਹਨਾਂ ਦਾ ਬੰਦਾ ਕਿਹੜਾ ਹੈ ਉਧਰਲੇ ਸਾਈਡ ਤੋਂ 2 ਘੰਟੇ ਦੀ ਕਈ ਵੀਡੀਓ ਬਣਾਈ ਜਾਂਦਾ ਕਿੱਥੇ 1 ਵਜੇ ਡਿੱਗਦੇ ਫਿਰਦੇ ਕਿੱਥੇ 3 ਵਜੇ ਪਾਣੀ ਨਿਕਲਦਾ ਫਿਰਦਾ ਕੌਣ ਉਹਦਾ ਪਾਣੀ 3 ਵਜੇ ਕੱਢਦਾ 12 ਵਜੇ ਵੱਲੇ ਉਡਾ 12 ਵਜੇ ਪਾਣੀ ਕੱਢ ਦਿਖਾ 40 cc ਵੱਲੇ ਉਡਾ ਲੈ ਵੱਲੇ 12 ਵਜੇ ਕੱਢ ਦਿਖਾ ਸ਼ਿਕਾਰ ਦੇ ਲੈਵਲ ਤੇ ਹਾਰ ਗਏ ਠੀਕ ਹੈ ਸ਼ਿਕਾਰ ਦੇ ਲੈਵਲ ਤੇ ਹਾਰ ਗਏ ਅਸਲਾਮ ਅਲੈਕੁਮ ਵਿਵਰਸ ਆਜ 19 ਮਈ ਹੈ ਬਰੋਜ਼ ਐਤਵਾਰ ਹਮੇਸ਼ਾ ਕੀ ਤਰ੍ਹਾਂ ਆਜ ਜਨਾਬ ਬਸਤੀ ਜੜੂਆਂ ਵਾਲੀ ਮੇਂ ਜੋ ਹੈ ਦੜਾ ਉਸਕਾ ਇਨਕਾਦ ਹੁਆ ਤੋ ਜਨਾਬ ਦੇਖੇ ਜੈਸੇ ਜੈਸੇ ਟਾਈਮ ਕਰੀਬ ਆ ਰਿਹਾ ਲੋਗੋ ਕੀ ਆਮਦ ਰਫਤ ਸ਼ੁਰੂ ਹੋ ਗਈ ਹੈ ਜੋ ਜੋ ਸ਼ਕੀਨ ਹਜ਼ਰਾਤ ਹੈ ਜਨਾਬ ਤੋ ਵੋ ਸਾਰੇ ਲੋਕ ਜੋ ਪਹੁੰਚਣਾ ਸ਼ੁਰੂ ਹੋ ਗਏ ਹੈ ਆਪ ਲੋਕ ਦੇਖ ਸਕਦੇ ਹੈ ਇਹ ਉਸਤਾਦ ਜ਼ਾਹੂਰ ਸਭ ਪਹਿਲੀ ਦਫ਼ਾ ਉਸਤਾਦ ਜ਼ਾਹੂਰ ਆਏ ਹੈ ਜਨਾਬ ਸਭ ਪਹਿਲ ਕੀ ਇਹਨਾਂ ਨੇ ਹਾਂਜੀ ਉਸਤਾਦ ਜੀ ਕਿੰਨੇ ਕਬੂਤਰ ਉੱਡਦੇ ਪੈਣ ਅੱਜ ਆਪਣੇ ਦੋ ਅੱਲਾਹ ਤਾਲਾ ਖੈਰ ਕਰੇਗਾ ਠੀਕ ਹੋ ਗਿਆ ਜਨਾਬ ਇਹ ਅਮਜਦ ਜੱਡੂ ਸਾਡਾ ਉਸਤਾਦ ਤੋ ਜੈਸੇ ਜੈਸੇ ਜਨਾਬ ਆਪ ਲੋਕ ਦੇਖ ਰਹੇ ਹੈ ਕਿ ਟਾਈਮ ਹੋ ਰਿਹਾ ਲੋਕ ਨਿਕਲ ਰਹੇ ਘਰੋਂ ਸੇ ਆਜ ਗਰਮੀ ਬਹੁਤ ਹੈ ਤੋ ਜਨਾਬ ਆ ਵੀ ਹਮ ਪਹੁੰਚੇ ਹੈ ਅਲੇ ਜੱਡੂ ਸਾਹਿਬ ਕੇ ਪਾਸ ਅੱਛਾ ਅੱਜ ਮੁੜੇਗਾ ਸਾਡਾ ਇਨਸ਼ਾਅੱਲਾ ਅਲੀ ਬਾਈ ਕੇ ਅੱਜ ਹੌਸਲੇ ਬੁਲੰਦ ਹੈ ਕਹਿ ਰਹੇ ਕਿ ਅੱਜ ਜੋ ਹੈ ਨਾ ਅਖੀਰ ਕਰ ਦੇਣੀ ਦੋ ਕਬੂਤਰ ਉਡਾ ਰਹੇ ਨੇ ਅਲੀ ਸਾਹਿਬ ਆਪ ਦੋ ਉਡਾ ਰਹੇ ਇਨਸ਼ਾਅੱਲਾ ਆਪਣੇ ਕਬੂਤਰ ਦਿਨ ਕਰਾਂਗੇ ਜਿੰਨੀ ਮਰਜ਼ੀ ਕਰਨੀ ਹੈ ਇਨਸ਼ਾਅੱਲਾ ਦੇਖੋ ਠੀਕ ਹੋਗਾ ਜਨਾਬ ਬੈਸਟ ਆਫ ਲੱਕ ਚਲੋ ਜੀ ਹੁਣ ਆਪਾਂ ਅਗਲੀ ਪਾਰਟੀ ਕੋਲ ਜਾਂਦੇ ਹਾਂ ਕੀ ਦੇਰ ਹੈ ਜਲਦੀ ਕਰੋ ਯਾਰ ਅਭੀ ਜਨਾਬ ਹਮ ਪਹੁੰਚ ਗਏ ਹੈ ਮਜ਼ਬੂਤ ਉਮੀਦਵਾਰ ਕਾਸ਼ਿਫ ਜਾਨੀ ਕੇ ਪਾਸ ਹਾਂ ਵੀ ਉਸਤਾਦ ਕਾਸ਼ਿਫ ਕਿੰਨੇ ਆਰਡਰ ਹਨ ਅੱਜ ਆਪਣੇ ਪਤਾ ਨਹੀਂ ਯਾਰ ਹਲੇ ਤੱਕ ਆਵਣਗੇ ਦੱਸਣੇ ਆਪਣੇ ਆਪ ਦੇ ਘਰ ਦੇ ਕਿੰਨੇ ਆਰਡਰ ਹੈ ਇੱਕ ਆਰਡਰ ਹੈ ਕਿਹੜਾ ਕਬੂਤਰ ਵਿਖਾ ਦੇ ਜਨਾਬ ਉਹ ਨਹੀਂ ਆਏ ਖਾਂਦਾ ਜੀ ਕਾਲੇ ਸਾਰੇ ਚਿੱਟੇ ਖਾਂਦੇ ਜੀ ਇੱਕ ਇੱਕ ਲਓ ਜੀ ਜਨਾਬ ਮੈਂ ਵੇਖ ਰਿਹਾ ਤੁਸੀਂ ਇਸ ਦਫਾ ਉਸਤਾਦ ਜ਼ਾਹੂਰ ਦੇ ਕਬੂਤਰ ਜਨਾਬ ਇਹ ਉੱਡਣਗੇ ਦੋ ਤੇ ਇਹ ਬੰਦਾ ਸਪੈਸ਼ਲ ਪਾਰਟਿਸਪੇਟ ਕਰ ਰਿਹਾ ਲਾਹੌਰ ਚੋਂ ਆਇਆ ਇਹ ਬਾਈ ਲਾਲਾ ਸ਼ਫੀਕ ਪੰਜ ਕਬੂਤਰ ਆ ਗਏ ਨਾਜ਼ਰੀਨ ਤੋ ਅਭੀ ਜੋ ਤੀਨ ਕਬੂਤਰ ਔਰ ਹੈ ਤੀਨ ਸੇ ਚਾਰ ਕਬੂਤਰ ਵੋ ਰਹਿਤੇ ਹੈ ਉਨਕਾ ਇੰਤਜ਼ਾਰ ਕੀਆ ਜਾ ਰਹਾ ਹੈ ਤੋ ਜੈਸੇ ਆਤੇ ਹੈ ਤੋ ਹਮ ਆਪਕੋ ਦਿਖਾਤੇ ਹੈ ਜਨਾਬ ਪਰਵਾਜ਼ ਲੋ ਜਨਾਬ ਲੋ ਜੀ ਲੋ ਜੀ ਲੋ ਜੀ ਅੱਜ ਹੀ ਮੁਸ਼ਤਾਕ ਰੋ ਸ਼ਾਕੀ ਰਾਂਦੂ ਉਹਨਾਂ ਦੇ ਕਬੂਤਰ ਆ ਗਏ ਨੇ ਜਨਾਬ ਲਾਸਟ ਟਾਈਮ ਇਹਨਾਂ ਨੇ ਵਿਨ ਕੀਤਾ ਸੀ ਦੜਾ ਤੇ ਫੈਸਲ ਬਾਈ ਅੱਜ ਕਿੰਨੇ ਕਬੂਤਰ ਉੱਡ ਰਹੇ ਨੇ ਆਪਣੇ ਕਿਹੜੇ ਕਿਹੜੇ ਉੱਡ ਰਹੇ ਨੇ ਠੀਕ ਹੋ ਗਿਆ ਜਨਾਬ ਠੀਕ ਹੋ ਗਿਆ ਕਬੂਤਰ ਰਹਿ ਗਿਆ ਜਨਾਬ ਦੋ ਔਰ ਆਜ ਕਾ ਜੋ ਟੈਂਪਰੇਚਰ ਹੈ ਵੋ ਮਹਿਕਮਾ ਮੌਸਮੀਅਤ ਕੇ ਮੁਤਾਬਿਕ 46 ਤੱਕ ਰਹੇਗਾ ਜਨਾਬ ਤੋ ਉਸ ਹਿਸਾਬ ਸੇ ਜਨਾਬ ਇਹ ਲੋਕ ਆਪਣੀ ਤਿਆਰੀ ਮੁਕੰਮਲ ਕਰ ਰਹੇ ਹੈ ਠੀਕ ਹੋ ਗਿਆ ਜਲਦੀ ਕਰੋ ਬਾਈ ਸ਼ਰਮਾਣਾ ਨਹੀਂ ਆ ਸ਼ਰਮਾਣਾ ਨਹੀਂ 46 ਤੱਕ ਜਾਵੇਗਾ ਦਰਜਾ ਰਾਤ 46 ਤੱਕ ਲਓ ਜੀ ਜਨਾਬ ਅੱਜ ਦੋਨੋਂ ਅਸੀਂ ਵਿਖਾ ਨੇ ਅੱਜ ਸ਼ਾਕੀ ਤਰਫ ਉੱਡਦਾ ਪਿਆ ਅਨੋਖਾ ਕਬੂਤਰ ਪੂਛਲ ਤੋਂ ਵੀ ਲੰਡਾ ਜਨਾਬ ਤੇ ਅੱਜ ਵੇਖੋ ਕੀ ਬਣਦਾ ਲਾਸਟ ਟਾਈਮ ਦਾ ਜਿਹੜਾ ਇਹਨਾਂ ਦਾ ਵਿਨਿੰਗ ਕਬੂਤਰ ਸੀ ਨੀਲਾ ਕਬੂਤਰ ਇਸ ਦਫਾ ਨਹੀਂ ਉੱਡ ਰਿਹਾ ਜਨਾਬ ਸੈਯਦ ਸਾਜਿਦ ਵਲੌਗ ਜਿਹੜਾ ਉਹਨਾਂ ਦਾ ਓਨਰ ਨੇ ਸੈਯਦ ਸਾਜਿਦ ਸਾਹਿਬ ਤੁਸੀਂ ਅੱਛੀ ਤਰ੍ਹਾਂ ਜਾਣਦੇ ਹੋ ਇਹਨੂੰ ਸ਼ਾਬਾ ਪਾਣੀ ਵਾਹ ਸਾਰਾ ਦੇ ਲਾ ਵਾਹ ਸਾਰਾ ਗਰਮੀ ਬੜੀ ਅੱਜ ਲੰਡੇ ਅੱਜ ਲੰਡੇ ਨਾ ਅਜੇ ਨੇਰ ਪਾ ਦੇਣੇ ਨੇ ਜਨਾਬ ਮਾਲਕ ਆਖਦੇ ਪੈਣ
ਲਓ ਜਨਾਬ ਹੈ ਛੋਟਾ ਸ਼ਿਕਾਰੀ ਇੱਥੇ ਯਾਰ ਬਾਬਾ ਯਾ ਸ਼ਿਕਾਰੀ ਬੜੋਂ ਸੇ ਲੇਕਰ ਬੱਚੇ ਤੱਕ ਸਾਰੇ ਜਨਾਬ ਜੀ ਉਹਨਾਂ ਸ਼ੌਕ ਕਰਤੇ ਹੈ ਕਬੂਤਰੋਂ ਕਾ ਇਹ ਰਿਟਾਇਰਡ ਜੋ ਹੈ ਨਾ ਜੋ ਰਿਟਾਇਰਡ ਸ਼ਿਕਾਰੀ ਸਲੀਮ ਜੱਡੂ ਵੀ ਅੱਜ ਤਸ਼ਰੀਫ ਲਾਏ ਆ ਜਨਾਬ ਬਾਈ ਸਲੀਮ ਸਾਹਿਬ ਬੜੇ ਅਰਸੇ ਬਾਅਦ ਤਸ਼ਰੀਫ ਲਿਆਏ ਜੇ ਕੀ ਖਿਆਲ ਹੈ ਤੁਹਾਡਾ ਅੱਜ ਦੇ ਸ਼ਿਕਾਰ ਦੇ ਬਾਰੇ ਚ ਕੀ ਬਣੇਗਾ ਅੱਜ ਨਹੀਂ ਅੱਜ ਤੁਸੀਂ ਆ ਸਾਰੀ ਉਮਰ ਕਬੂਤਰ ਉਡਾਏ ਨੇ ਅੱਜ ਗਰਮੀ ਦੇ ਹਿਸਾਬ ਨਾਲ ਕਿੰਨੇ ਵਜੇ ਅਰਜੇ ਤੋਵੇਗੀ 46 ਪੈਣੇ 1 ਵਜੇ ਠੀਕ ਹੋ ਇੱਕ ਇੱਕ ਉੱਡ ਗਿਆ ਕਿੰਦਾ ਉੱਡਿਆ ਬਾਈ ਲਓ ਜੀ ਲਾਲ ਸ਼ਫੀਕ ਦੇ ਉੱਡ ਗਏ ਅਮਜਦ ਜੱਡੂ ਦੇ ਲਾ ਜਨਾਜ਼ਰ ਜਿਸ ਤਰ੍ਹਾਂ ਤੁਸੀਂ ਵੇਖਦੇ ਪਏ ਕਬੂਤਰਾਂ ਨੂੰ ਮੋਟ ਲੱਗ ਗਈ ਪੂਰੇ 7:30 ਵਜੇ ਇੱਕ ਸੈਫੁਲਾ ਜਿਹੜਾ ਥੋੜ੍ਹਾ ਜਿਹਾ ਲੇਟ ਹੋ ਗਿਆ ਜਨਾਬ ਇਹ ਜਿੰਨਾ ਵੀ ਲੇਟ ਹੋ ਜਾਵੇ ਤਾਂ ਤਕਰੀਬਨ ਖੋ ਪੈਣ ਦੇ ਨਸੀਬਾਂ 'ਚ ਹੀ ਹੁੰਦਾ ਅੱਜ ਪਹਿਲੀ ਦਫਾ ਨਾਜ਼ਰੀਨ ਤੁਸੀਂ ਵੇਖ ਰਹੇ ਹੋਗੇ ਕਿ ਲੰਡਾ ਕਬੂਤਰ ਵੀ ਹਿੱਸਾ ਲੈ ਰਿਹਾ ਪ੍ਰਵਾਸ ਦੇ ਵਿੱਚ ਲੰਡਾ ਕਬੂਤਰ ਲੰਡਾ ਕਬੂਤਰ ਵੀ ਹਿੱਸਾ ਲੈ ਰਿਹਾ ਬਹੁਤ ਅੱਛਾ ਸ਼ੌਕ ਹੁੰਦਾ ਜਨਾਬ ਇੱਥੇ ਸਾਡੇ ਪਿੰਡ ਦੇ ਵਿੱਚ ਤੁਸੀਂ ਜਿਸ ਤਰ੍ਹਾਂ ਵੇਖ ਸਕਦੇ ਹੋ ਕਿ ਬੜੀ ਤਾਦਾਦ ਨਾਲ ਲੋਕ ਜਿਹੜਾ ਨਾ ਇੰਜੋਏ ਕਰਨ ਵਾਸਤੇ ਆਉਂਦੇ ਨੇ ਵੇਖਦੇ ਨੇ ਅਤੇ ਪਹਿਲੀ ਦਫਾ ਪਾਰਟਿਸਪੇਟ ਕਰ ਰਹੇ ਨੇ ਜਨਾਬ ਰਾਣਾ ਆਜ਼ਮ ਇਸ ਦਫਾ ਦੜੇ ਦੇ ਵਿੱਚ ਕਬੂਤਰਾਂ ਦੇ ਉੱਡਣ ਤੋਂ ਬਾਅਦ ਉੱਡਦਾ ਪਿਆ ਥੋੜ੍ਹਾ ਲੇਟ ਹੋ ਗਿਆ ਸੀ ਰਾਣਾ ਆਜ਼ਮ ਸੈਫੁੱਲਾ ਸੈਫੀ ਨਹੀਂ ਯਾਰ ਉਹ ਗੱਲ ਨਹੀਂ ਕਰਨੀ ਹਾਂਜੀ ਉਸਤਾਦ ਤੁਸੀਂ ਅੱਜ ਕਿੰਨਾ ਇੰਤਜ਼ਾਰ ਕਰ ਰਹੇ ਕੋਈ ਪੈਸਾ ਲਾਉਣ ਨਹੀਂ ਆ ਰਿਹਾ ਕਿਹੜੇ ਕਿਹੜੀ ਪਾਰਟੀ ਦੇ ਲਾਉਣਾ ਚਾਹੁੰਦੇ ਤੁਸੀਂ ਪੈਸੇ ਲਓ ਜੀ ਉਸਤਾਦ ਤਾਲੋ ਦਾ ਲਾਣ ਜਿੰਨਾ ਦਿਲ ਕਰਦੇ ਆ ਤੇ ਬਈ ਲਾ ਸਕਦਾ ਇਹਦੇ ਨਾਲ ਬੜਾ ਬੜਾ ਸਖਤ ਸਾਲ ਸੀ ਅੱਜ ਬੜਾ ਸਖਤ ਸਾਲ ਸੀ ਅੱਜ ਅੱਛਾ ਉਸਤਾਦ ਕਾਸ਼ੀ ਦੂਸਰੇ ਕਬੂਤਰ ਉੱਡਿਆ ਤਕਰੀਬਨ 10 ਮਿੰਟ ਹੋ ਗਿਆ ਤੇ ਰਾਣੇ ਦਾ ਸਾਰੀ ਉਮਰ ਇਵੇਂ ਜਿਹੜਾ ਰਿਹਾ ਆ ਤਕਰੀਬਨ 15 ਮਿੰਟਾਂ ਬਾਅਦ ਦੂਸਰੇ ਕਬੂਤਰਾਂ ਤੋਂ ਉੱਡ ਰਿਹਾ ਪਿਆ ਚੱਲ ਵੀ ਰਾਣਾ ਚੱਲ 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 ਇਹ ਮੈਨੂੰ ਸ਼ੱਕ ਪੈਂਦਾ ਬੰਦਿਆਂ ਸਿਰ ਤੇ ਹੀ ਪਊਗਾ ਸੁਬਾਹ ਨਾ ਕਬੂਤਰ ਕਿੰਨੇ ਉੱਡ ਗਏ ਜਨਾਬ ਅੱਜ ਤੁਹਾਡੀ ਸਾਰੀ ਵੀਡੀਓ ਨਹੀਂ ਬਣਾਉਣੀ ਕਿੰਨੇ ਉੱਡ ਗਏ 8 ਉੱਡ ਗਏ 8 ਕਬੂਤਰ ਬੜਾ ਸ਼ੋਰ ਪਿਆ ਖੜਾ ਮਿੰਟ ਮਿੰਟ ਬਾਅਦ ਪੈਸਿਆਂ ਦਾ ਰੋਲਾ ਪਾਈ ਖੜੇ ਨੇ ਅੱਜ ਵਾਲੇ ਦੜੇ 'ਚ ਬੜੀ ਸਖਤੀ ਹੋਈ ਤੇ ਟੈਂਪਰੇਚਰ ਵੀ ਬੜਾ ਆਈ ਹੈ ਬਹੁਤ ਜ਼ਿਆਦਾ ਟੈਂਪਰੇਚਰ ਹੈਗਾ ਬੰਦੇ ਐਲਾਨ ਕਰ ਰਹੇ ਨੇ ਆ ਇੱਕ ਸ਼ੋਰ ਹੈ ਆ ਜਿਹੜਾ ਅੱਛਾ ਕਬੂਤਰਾਂ ਦੇ ਸ਼ਿਕਾਰੀਆਂ ਦੀ ਹਾਲਾਤ ਹੈ ਮੋਠ ਲੱਗੀ ਹੈ ਤੇ ਇੱਥੇ ਹੀ ਬੈਠੇ ਨੇ ਤਕਰੀਬਨ ਘੰਟਾ ਹੋ ਗਿਆ ਧੁੱਪ ਦੇ ਵਿੱਚ ਕਮਾਲ ਹੋ ਗਏ ਬਈ ਕਮਾਲ ਹੋ ਗਏ ਆ ਉੱਠ ਪਾਓ ਲਓ ਜੀ ਪਹਿਲਾ ਕਬੂਤਰ ਬਹਿ ਗਿਆ ਤਕਰੀਬਨ 9 ਵਜੇ ਇਹ ਸਾਹਮਣੇ ਬੈਠ ਗਿਆ ਇਹ ਬੈਠਾ ਸੈਫੀ ਦਾ ਇਹਨੂੰ ਅੱਗੇ ਵੀ ਇੱਕ ਵਾਰੀ ਖੋਤਾ ਮਿਲਿਆ ਤੇ ਅੱਜ ਫਿਰ ਖੋਤਾ ਮਿਲ ਗਿਆ ਅੱਗੇ ਵੀ ਖੋਤਾ ਮਿਲਿਆ ਇਹਨੂੰ ਅੱਗੇ ਵੀ ਖੋਤਾ ਮਿਲਿਆ ਅੱਜ ਫਿਰ ਖੋਤਾ ਇਹ ਇਹਦਾ ਨਾਮ ਹੈਗਾ ਫਿਸ਼ਕਾਰ ਦਾ ਨਾਮ ਸਰ ਹੈਗਾ ਲਿੱਬਾ ਇਹ ਉਹ ਇੱਕ ਕਬੂਤਰ ਹੈ ਜਿਹਨੂੰ ਮੋਟ ਸਭ ਤੋਂ ਐਂਡ ਤੇ ਲੱਗੀ ਹੈ ਲੇਟ ਆਇਆ ਕੋਈ ਵਜ੍ਹਾ ਬਣ ਗਈ ਉਹਨੂੰ ਘਰ ਕੰਮ ਆਇਆ ਤੇ ਕੋਈ ਚੱਕਰ ਲੱਗ ਗਿਆ ਵਿਚਾਰੇ ਨੂੰ ਪਹਿਲਾ ਨੰਬਰ ਇਹਦਾ 9 ਵਜੇ
ਇਸ ਤਰ੍ਹਾਂ ਦਾ ਮੌਸਮ ਹੋਇਆ ਸਾਡੇ, ਆਹ ਡੱਖਣ ਹੈ ਸਾਡੇ ਤੇ ਆਹ ਟਿੱਬਾ ਹੈ, ਇੱਥੇ ਕਬੂਤਰ ਉੱਡੇ ਹੋਏ ਨੇ। ਹਾਏ 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 ਹਾਏ, ਆਹ ਟਿੱਬਾ ਹੈ ਸਾਰਾ ਰੇਤ, ਕਬੂਤਰਾਂ ਦਾ ਕੀ ਕਸੂਰ ਹੈ ਵਿਚਾਰਿਆਂ ਦਾ। ਇੱਕ ਕਬੂਤਰ ਹੋਰ ਕੁਟੀ ਰਿਹਾ ਤੇ ਜਿਹੜਾ ਕੁਟੀਂਦਾ ਪਿਆ ਯਾਨੀ ਕਿ ਬਹਿੰਦਾ ਪਿਆ ਤਕਰੀਬਨ ਬਹਿ ਗਿਆ। ਉਹਦੇ ਤੇ ਐਸ ਭਾਈ ਨੇ ਪੈਸੇ ਲਾਏ ਨੇ ਤੇ ਹੁਣ ਬੋਲਿਆ ਨਹੀਂ ਜਾਣਾ, ਲਾ ਬੈਠਾ ਸਾ, ਗਲਤ ਕਰ ਬੈਠਾ ਸਾ, ਮੈਂ ਅੱਜ ਮਸ਼ਵਰਾ ਨਹੀਂ ਲਿਆ, ਬਿਨਾਂ ਮਸ਼ਵਰੇ ਤੋਂ ਪੈਸੇ ਲਾ ਬੈਠਾ, ਮਰ ਗਿਆ ਥਾਂ ਤੇ। ਚਲੋ ਕੋਈ ਨੀ, ਹੁੰਦਾ ਰਹਿੰਦਾ, ਵਾਧਾ ਘਾਟਾ ਹੋ ਗਿਆ, ਅੱਧਾ 15,000 ਦੀ ਕਿਹੜੀ ਗੱਲ, ਪਰ ਲਾਗਾ ਤੋ ਅੱਖਾਂ ਚਾਰ ਕਰਾਂਗੇ ਤੇ ਕੰਨ ਚਾਰ ਕਰ ਤੇ ਪੈਸੇ ਲਾਇਆ ਕਰਾਂਗੇ, ਮੈਂ ਪੈਸੇ ਨਹੀਂ ਲਾਣੇ ਚਾਹੀਦੇ। ਕੋਈ ਨੀ, ਮੇਰੇ ਨਹੀਂ ਸਣ, ਮੈਨੂੰ ਕਿਸੇ ਨੇ ਫੜਾਏ ਸਨ, ਮੈਂ ਤਾਂ ਲਾਏ ਸਨ, ਜੋ ਬੰਦੇ ਲਾਏ ਸਨ ਉਹ ਬੰਦਾ ਵੀ ਇੱਥੋਂ ਤੋਂ ਨਾਂ ਨਹੀਂ ਦੱਸਣਾ। ਚਲੋ ਹੁਣ ਜਿਹੜਾ ਹੋਣਾ ਸੀ ਉਹ ਤਾਂ ਹੋ ਗਿਆ, ਆਸਾ ਨਹੀਂ ਤੇ ਉਹ ਹੁਣ ਬਹਿ ਰਿਹਾ, ਇਹ ਕਬੂਤਰ ਉਹ ਕੁਟੀ ਰਿਹਾ ਐਂਡ ਹੈ। ਨਹੀਂ ਇਹਨੂੰ ਕੁਟੀਣਾ ਨਹੀਂ ਚਾਹੀਦਾ ਸੀ, ਇਹਨੂੰ ਨਹੀਂ ਬਹਿਣਾ ਚਾਹੀਦਾ ਸੀ, ਟਾਈਮ ਤੋਂ ਐਨਰਜੀ ਕਰ ਪਾਉਣੇ ਜਾਂ 12, ਇਹਨੂੰ ਨਹੀਂ ਬਹਿਣਾ, ਦਾਕ ਨਹੀਂ ਬਣਨਾ ਚਾਹੀਦਾ। ਪੁੱਤਰ ਟੈਂਪਰੇਚਰ ਚੈੱਕ ਕਰ, ਪਰਾਂ ਹੋ ਗਿਆ ਆਹ ਪਾਣੀ ਦੇ ਬੰਦੇ ਤਾਇਨਾਤ ਖੜੇ ਨੇ ਕਿ ਕਬੂਤਰ ਇੱਥੇ ਆ ਤੇ ਜੂੜ ਮਾਰਦਾ ਤੇ ਕਬੂਤਰ ਨੀਲੇ ਰੰਗ ਦਾ ਤੇ ਕਾਸ਼ੀ ਦਾ ਕਬੂਤਰ ਕਿੱਥੇ ਗਿਆ ਹੈ, ਉਹ ਨਹੀਂ ਨਹੀਂ ਅਜੇ ਨਹੀਂ ਆਦਾ। ਆ ਆਉਂਦਾ ਪਿਆ ਵਿੱਚ, ਨਹੀਂ ਆਉਂਦਾ, ਇਹ ਆਵੇ ਆਵੇ ਆਵੇ, ਆ ਜਾ ਆ ਜਾ ਜੂੜ ਮਾਰ ਖਾ। ਕਿਥੇ ਗਿਆ, ਜ਼ੂਮ ਕਰ ਜ਼ੂਮ ਕਰ, ਆਵੇਗਾ ਮੈਂ, ਇਹ ਕਿਤਵਾ ਕਬੂਤਰ ਦੂਏ ਉਧਰਾ, ਇਹ ਤਾਂ ਪਤਾ ਨਹੀਂ ਲੱਗਦਾ ਕਿਤੇ ਵੜ ਗਿਆ, ਚਾਰ ਰਹਿ ਗਏ ਨਿਕਲ ਗਿਆ, ਅੰਨਾ ਨਹੀਂ ਅਸੀਂ ਜ਼ੁਲਮ ਨਹੀਂ ਕਰਨਾ ਚਾਹੀਦਾ ਜਿਵੇਂ ਕਰ ਛੱਡਿਆ ਇਹਦੇ ਨਾਲ, ਕੱਟ ਲੈਗਾ ਵੀਡੀਓ ਸ਼ੁਰੂ ਹੋ ਗਈ, ਬਾਪੇ ਕੱਟ ਵੱਟ ਲਿਆ ਪੈਰਾਂ ਚ, ਬਾਬੇ ਤੇ ਬੈਠਾ ਕਾਲਿਆ ਤੇਰੇ ਪੈਰਾਂ ਦਾ ਬੰਦਾ ਕਿਹੜਾ ਬਣਾਈ ਜਾਂਦਾ, ਕਿੱਥੇ 1 ਵਜੇ ਡਿੱਗਦੇ ਫਿਰਦੇ, ਕਿੱਥੇ 3 ਵਜੇ ਪਾਣੀ ਨਿਕਲਦਾ ਫਿਰਦਾ, ਕੌਣ ਆਦਾ ਪਾਣੀ 3 ਵਜੇ ਕੱਢਦਾ, 12 ਵਜੇ ਵੱਲੇ ਉਡਾ, 12 ਵਜੇ ਪਾਣੀ ਕੱਢ ਵਿਖਾ, 40 cc ਵੱਲੇ ਉਡਾ ਲੈ, ਵੱਲੇ 12 ਵਜੇ ਕੱਢ ਵਿਖਾ, ਸ਼ਿਕਾਰ ਦੇ ਲੈਵਲ ਤੇ ਹਾਰ ਗਏ, ਠੀਕ ਹੈ, ਸ਼ਿਕਾਰ ਦੇ ਲੈਵਲ ਤੇ ਹਾਰ ਗਏ, ਇਹ ਹਾਰ ਗਏ, ਠੀਕ ਹੈ।
ਉਹ ਕਬੂਤਰ ਵਿਚਾਰੇ ਮਰ ਗਏ ਜਿਹਨੇ ਦੋ ਦੋ ਗੱਡਾਂ ਦੀ ਲੀਡ ਮਾਰੀ ਹੈ। ਮੈਂ ਗਰੂ ਵੋਟ ਲੈ ਸਕਦਾ ਕੋਲ ਮਾਲਕ ਵਿਖਾਣੇ ਇੱਕ ਵਾਰ ਥੋੜਾ ਰੈਸਟ ਕਰ ਲੈਣਾ। ਇਹ ਜੀ ਅਬਦੁਲ ਰਊਫ ਦੇ ਅੱਜ ਛੇਵਾਂ ਦੜਾ ਉੱਡਿਆ ਇੱਥੇ ਬਸਤੀ ਜੇੜੂਆਂ ਵਾਲੇ, ਤੇ ਇਹ ਕਬੂਤਰ ਵਿਨਰ ਹੋਏ ਨੇ ਤਕਰੀਬਨ 2:52 ਦੇ, 50-52 ਮਿੰਟ ਦੇ। ਅਤੇ ਇਹ ਕਬੂਤਰ ਹੀ ਇੱਕ ਟੀਰਾ ਕਬੂਤਰ ਹੈ, 6 ਦੜੇ ਹੋ ਗਏ ਜਿਹਦੇ ਵਿੱਚੋਂ 5 ਜਿਹੜੇ ਨੇ ਨਾ ਇਹ ਜਵਾਨ ਜਿੱਤ ਚੁੱਕਿਆ, ਅਤੇ ਹੁਣ ਇਹ ਕੋਈ ਦੋ ਗੱਲਾਂ ਕਰੂ। ਇਹ ਅਬੂ ਬਕਰ ਆ ਤਾ ਉਹ ਅੱਜ ਇਹਨੇ ਅੱਡੀ ਬੜੀ ਗੰਢੀ ਹੈ, ਬੜੀ ਜ਼ਿਆਦਾ ਅੱਡੀ ਗਾਂਢ ਲਈ ਅੱਜ ਇਹਨੇ। ਕਿੰਨੇ ਕੁ ਪੈਸੇ ਜਿੱਤੇ ਨੇ ਅੱਜ ਯਾਰ? ਛੱਡ ਉਸ ਗੱਲ ਨੂੰ, ਆਖਰ ਨਹੀਂ ਦੱਸੀ ਚੋਰ ਪਵਾਉਂਗੇ। ਬੜੇ ਜੀ ਤੇ ਨਾ ਦੱਸ। ਅਸਲਾਮ ਵਾਲੇਕਮ ਜੀ, ਕੀ ਹਾਲ ਹੈ ਸਾਰੇ ਭਰਾਵਾਂ ਨੂੰ ਮੇਰੀ ਤਰਫੋਂ ਸਲਾਮ। ਪਿਛਲੀ ਐਤਵਾਰ ਨੂੰ ਜੀ ਆਪਾਂ ਬਾਜੀ ਹਾਰ ਗਏ ਸੀ, ਅੱਜ ਜੀ ਇਨਸ਼ਾਅੱਲਾ ਤਾਲਾ ਆਪਣੇ ਕਬੂਤਰ ਬੈਠੇ ਨਹੀਂ, ਰਾਤ ਨੂੰ ਬੈਠੇ ਨਹੀਂ ਸਨ, ਆਪਾਂ ਮੋਰ ਚ ਕਬੂਤਰ ਛੱਡੇ ਸਨ, ਆਪਣੇ ਵਾਪਸ ਨਹੀਂ ਆਏ, ਆਪਾਂ ਹਾਰ ਮੰਨ ਲਈ ਸੀ ਜੀ। ਇਸ ਦਫ਼ਾ ਜੀ ਇਨਸ਼ਾਅੱਲਾ ਆਪਣਾ ਕਬੂਤਰ ਦੋ ਜੋੜੀ ਛੱਡੀ ਸੀ ਜੀ, ਆਹ ਸ਼ਾਹ ਕੀ ਕਬੂਤਰੀ ਹੈ, ਆਹ ਆਪਣਾ ਟੀਰਾ ਕਬੂਤਰ ਹੈ ਮਸ਼ਹੂਰੋ ਮਰੂਫ ਮੋੜਾ ਵਾਲਾ, ਇਹਨੂੰ 2-3 ਸੀਜ਼ਨ ਹੋ ਗਿਆ ਉੱਡਦੇ ਨੂੰ, ਅਤੇ ਆਪਾਂ ਜੀ ਇਨਸ਼ਾਅੱਲਾ ਬੜੇ ਬੜੀ ਲੀਡ ਨਾਲ ਕਬੂਤਰ ਆਪਣਾ ਵਧੇ ਨੇ ਜੀ, ਅਤੇ ਪਿਛਲੀ ਵਾਰੀ ਉਹਨਾਂ ਨੇ ਕੋਈ 10-12 ਹਜ਼ਾਰ ਜਿੱਤਿਆ ਸੀ, ਅਤੇ ਆਪਾਂ ਅੱਲਾ ਦਾ ਸ਼ੁਕਰ 50-60 ਹਜ਼ਾਰ ਲੰਘ ਗਏ। ਆਹ ਮੇਰਾ ਯਾਰ ਮੁੱਚਾਣਾ ਬੈਠਾ ਨਰਮਾ ਬੀਜਦਾ ਆਇਆ, ਇਹਨੇ ਆਖਿਆ ਵੀ ਕਬੂਤਰ ਕਿਹੜੇ ਦੇ ਪੈਸੇ ਲਾਵਾਂ, ਮੈਂ ਆ ਕੇ ਇੱਕ ਗੰਜੀ ਜੀ ਕਬੂਤਰੀ ਗੰਜੀ ਕਬੂਤਰੀ ਹੈ ਬਈ ਆਪਣੀ, ਮੈਂ ਆ ਕੇ ਗੰਜੀ ਜੀ ਕਬੂਤਰੀ, ਉਹਨਾਂ ਨੇ ਇਵੇਂ ਆਖੀ ਵੀ ਜਿਹੜੀ ਕਬੂਤਰੀ ਹੋਵੇ ਗੰਜੇ ਸਿਰਾਂ ਦੀ ਸ਼ਾਹ ਕੀ, ਉਹਦੇ 'ਤੇ ਮੈਂ ਪੈਸੇ ਲਾਏ, ਅਤੇ ਆਪਾਂ ਜੀ ਜਿੱਤ ਗਏ। ਵਨ ਮਾਈ ਦਾ ਟਾਸ ਇੰਟਰਨੈਸ਼ਨਲ ਕ੍ਰਿਕਟ ਜੀ 3 ਸਾਲ ਕਤਰੀ ਰੱਖੀ ਨਹੀਂ ਉਡਾਈ ਕਬੂਤਰੀ, ਨਾ ਬੱਚੇ ਕਢਾਏ ਨੇ ਇਸ ਸੀਜ਼ਨ ਕੱਢੀ ਬਾਹਰ। ਗੁੱਡ, ਆਹ ਕਬੂਤਰ 2 ਸੀਜ਼ਨ ਬੰਦ ਪਿਆ ਰਿਹਾ ਜੀ, ਅਤੇ ਉਸ ਤੋਂ 2 ਸੀਜ਼ਨ ਪਹਿਲੇ ਛੱਡਿਆ ਸੀ, ਅਤੇ ਦੋ ਬਾਜ਼ੀਆਂ ਛੱਡਿਆ ਸੀ, ਦੋਵੇਂ ਬਾਜ਼ੀਆਂ ਦੂਸਰ ਦੇ ਵਿੱਚ ਵਧਿਆ ਸੀ, ਅਤੇ ਬੜੀ ਚੰਗੀ ਲੀਡ ਨਾਲ ਵਧਿਆ ਸੀ, ਅਤੇ ਉਹਨਾਂ ਬਾਜ਼ੀਆਂ ਦੀ ਵਜ੍ਹਾ ਤੋਂ ਇਹਦਾ ਨਾਮ ਮੋੜਾ ਵਾਲਾ ਕਬੂਤਰ ਮਸ਼ਹੂਰ ਹੈ। ਮੁਬਾਰਕ ਮਿਲਣੇ ਕਿਸੇ ਹੋਰ ਵੀਡੀਓ ਨਾਲ, ਬਾਏ ਬਾਏ ਟਾਟਾ।